ਸਸਿਕਾ ਦੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਸਪੀ ਸਿੰਘ ਟਾਨੀਟ اٹ ਲ ਸੈਨੇਟਰ ਕੋਰੀ ਬੁਕਰ ਜਿਹੜੇ ਕਿ ਨਿਊ ਜਰਸੀ ਦੇ ਸੈਨੇਟਰ ਨੇ ਬੜੇ ਇੰਪੋਰਟੈਂਟ ਲੀਡਰ ਨੇ ਅਮਰੀਕਾ ਦੇ ਵਿੱਚ ਬੜੇ ਸੀਨੀਅਰ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਨੇ ਸਾਡੇ ਮਿੱਤਰ ਨੇ ਉਹ ਅੱਜ ਸਾਡਾ ਜਿਹੜਾ ਸੈਕਰਮੈਂਟੋ ਵਾਲਾ ਆਫਿਸਾ ਉੱਥੇ ਆਏ ਤੇ 1 ਘੰਟਾ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਦੇ ਨਾਲ ਕੁਝ ਹੋਰ ਜਿਹੜੇ ਸੀ ਪਤਵੰਤੇ ਸੱਜਣ ਇੱਥੇ ਲੋਕਲ ਸਾਡੇ ਮੇਅਰ ਜਿਹੜੇ ਐਲਗਰੋਵ ਦੇ ਬੋਵੀ ਸਿੰਘ ਆਲਨ ਉਹ ਵੀ ਸੀਗੇ ਤੇ ਹੋਰ ਵੀ ਕੁਝ ਲੋਕ ਜਿਹੜੇ ਸਾਡੇ ਇੱਥੋਂ ਦੇ ਬਿਜ਼ਨਸ ਲੀਡਰ ਸੀ ਉਹ ਸੀ ਤੇ ਉਹਨਾਂ ਨੇ ਖਾਸ ਕਰਕੇ ਜਿਹੜੇ ਇਮੀਗ੍ਰੇਸ਼ਨ ਇਸ਼ੂਜ਼ ਨੇ ਉਹਨਾਂ ਬਾਰੇ ਮੇਰੇ ਨਾਲ ਗੱਲਬਾਤ ਕੀਤੀ ਆ ਬੈਗ ਲੋਗ ਬਾਰੇ ਮੈਂ ਉਹਨਾਂ ਨੂੰ ਕਿਹਾ ਵੀ ਇਹ ਘਟਣਾ ਚਾਹੀਦਾ ਕੋਸ਼ਿਸ਼ ਤੋਂ ਇਲਾਵਾ ਜਿਹੜੇ ਇੱਥੇ ਮਸਲੇ ਨੇ ਆਪਣੇ ਸਿੱਖਾਂ ਤੇ ਪੰਜਾਬੀਆਂ ਦੇ ਬਾਹਰ ਉਹਨਾਂ ਬਾਰੇ ਗੱਲਬਾਤ ਬੜੀ ਡਿਟੇਲ ਚ ਹੋਈ ਖਾਸ ਕਰਕੇ ਜਿਹੜੇ ਇੱਥੇ ਸਿੱਖਾਂ ਨੂੰ ਅਮਰੀਕਾ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਬਾਹਰੋਂ ਤੇ ਉਹਨਾਂ ਨੂੰ ਥ੍ਰੈਟਸ ਆ ਰਹੀਆਂ ਨੇ ਜਾਂ ਕਈਆਂ ਤੇ ਜਾਨਲੇਵਾ ਹਮਲਾ ਹੋਇਆ ਜਾਂ ਹਮਲਾ ਹੋਣ ਦਾ ਖਤਸ਼ਾ ਉਹਦੇ ਬਾਰੇ ਗੱਲ ਕੀਤੀ ਗਈ ਵੀ ਇਹ ਗਲਤ ਆ ਵੀ ਕੋਈ ਵੀ ਜਿਹੜੀ ਇੱਥੋਂ ਦਾ ਸਿੱਖ ਹੈਗਾ ਅਮਰੀਕਾ 'ਚ ਰਹਿ ਰਿਹਾ ਉਹ ਐਡਾ ਥ੍ਰੈਟਨ ਫੀਲ ਨਹੀਂ ਹੋਣਾ ਚਾਹੀਦਾ ਕਿਸੇ ਕਿਸਮ ਦੀ ਵੀ ਉਹਦੇ ਖਿਲਾਫ ਜਿਹੜੀ ਕਾਰਵਾਈ ਜੇ ਕੋਈ ਬਾਹਰਲਾ ਮੁਲਕ ਕਰਦਾ ਜਾਂ ਇੱਥੋਂ ਦੇ ਆ ਕੁਝ ਲੋਕ ਕਰਦੇ ਆ ਉਹ ਗਲਤ ਆ ਖਾਸ ਕਰਕੇ ਜਿਹੜੀ ਇੱਥੇ ਅਮਰੀਕਾ 'ਚ ਲਿਜਨਸ ਫ੍ਰੀडम ਹੈਗੀ ਆ ਫ੍ਰੀडम ਆਫ ਐਕਸਪ੍ਰੈਸ਼ਨ ਆ ਉਹਦੇ ਬਾਰੇ ਵੀ ਉਹ ਮਸਲਾ ਜਿਹੜਾ ਹੋਮਲੈਂਡ ਸਕਿਉਰਿਟੀ ਦਾ ਮਨ ਸੈਕਟਰੀ ਨੇ ਤੇ ਜਿਹੜਾ FBI ਦਾ ਡਾਇਰੈਕਟਰ ਆ ਉਹਨਾਂ ਨਾਲ ਗੱਲਬਾਤ ਉਹ ਕਰਨਗੇ ਤੇ ਫਾਲੋਅ ਅਪ ਮੀਟਿੰਗ ਮੇਰੀ ਉਹਨਾਂ ਨਾਲ ਅਗਲੇ ਮਹੀਨੇ ਹੋਏਗੀ ਵਾਸ਼ਿੰਗਟਨ ਡੀਸੀ ਦੇ ਵਿੱਚ ਸੋ ਇਮੀਗ੍ਰੇਸ਼ਨ ਤੇ ਇਹਨਾਂ ਇਸ਼ੂਜ਼ ਬਾਰੇ ਜਿਹੜੀ ਬੜੀ ਵਧੀਆ ਅਜ ਲੰਬੀ ਚੌੜੀ ਗੱਲਬਾਤ ਉਹਨਾਂ ਨਾਲ ਹੋਈ ਸਸਿਕਾ ਜੀ